ते सुन दे आवे पहले अली दे घर कर हो राने सजाया है पहले अली दे घर कर हो राने सजाया है मुश्किल है कुशाद बेड़े है मुश्किल कुशा है आया है मुश्किल कुशाद बेड़े है मुश्किल कुशा है आया है मुश्किल बड़ी मेहरबानी आके रसूल आके ए मेरे जिंदगी जाके रसूल आके ए मेरे जिंदगी सदके इतले रिमोट दे काम वेखो मेरा रिमोट रमजान दिए पंद्रह सदा सर जी मेरे खर्चे वेखो ते पिछले हो जिवे चुप करके खड़े हो मैं जश्न शुरू कर दिते अल्लाह दी कसम अली द चन दुनिया ते आया है चन चौड़ भी दया के मेरा कमाल मुक गए सिर चवाए ते शेर सुनाए चन चौड़ भी दया के मेरा कमाल मुक गए एक देक देक मेरा सारा जमाल मुक गए एक देक देक गए नूर है खुदा दा इन तेज रोशनी है नूर है खुदा दा इन तेज रोशनी चेहरे है तू साफ दिस दे चेहरे है तू साफ दिस दे सर जी जाग पे अल्लाह पाक दी कसम है तुम्हारी दूध फो हयाती लाला जिंदगी होए मेरा शेर सुन ते सारा दिन अज दा जश्न मनावे तेरा रजब मना के शाबान आ गया है तेरा रजब मना के शाबान आ गया है शाबान गुजर गया है रमजान आ गया है शाबान गुजर गया है रमजान आ गया है खुशियां दिया कतारा कुछ याद दिया कतारा हैरान मौलवी कुछ याद दिया कतारा जागे हैरान मौलवी
ਹਾਲੀ ਹੱਕ ਹਾਲੀ 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 ਹੱਥ ਉੱਚ ਹਾਇਦਰੀ ਮਰਕਤ ਦੇ ਰਾਜ ਹੋ
سونا سن دے پیو
ਇਹ ਉਹ ਕਸੀਦਾ ਹੈ ਜਿਹਦੇ ਤੋਂ ਮੈਂ ਤ੍ਰੈ ਮੈਡਲ ਮੇਰੇ ਕੋ ਮੇਰੀ ਸਹਿਣ ਅਤਾ ਕੀਤੀ, ਦੋ ਮੈਡਲ ਮੈਂ ਗਿਣ ਗਿਦਿਨ, ਤੀਜਾ ਮੈਡਲ ਸਤਾਰਾ ਰਮਜ਼ਾਨ ਕੋ ਬਈਨ ਮੇਰੇ ਕੋ ਅੱਲਾ ਦੀ ਕਸਮ ਹੈ ਮੇਰੇ ਕੋ ਯਾਦ ਹੋਵੇ ਮੈਂ ਜ਼ਰੂਰ ਪੜ੍ਹਾਂ। ਮੇਰਾ ਮਿੰਬਰ ਹੁਸੈਨ ਹੈ, ਅਗਰ ਕਦੀ ਕੋਈ ਕਸੀਦਾ ਸੁਣ ਲਓ ਮੇਰੇ ਕੋ ਸਿਰਫ 10-15 ਮਿੰਟ ਪਹਿਲੇ ਉਸ ਮਜਲਿਸ ਤੋਂ ਮੇਰੇ ਕੋ ਇਤਲਾਹ ਦੇ ਦਿਓ, ਵਸੀਮ ਭਾਈ ਤੁਸੀਂ ਇਹ ਕਸੀਦਾ ਯਾਦ ਕਰਕੇ ਆਓ, ਮੈਂ ਨੌਕਰੀ ਕਰੇ। ਇਹ ਕਸੀਦਾ ਮੇਰਾ ਤੀਜਾ ਐਵਾਰਡ, ਇੱਕ ਸੀਰੀਅਸ ਦੀ ਕਿ ਸੁਣੋ ਚਾ ਜਸ਼ਨ ਦੇ ਮਾਹੌਲ ਤਰ੍ਹਾਂ ਤਰ੍ਹਾਂ ਦੇ ਬਣਦੇ ਰਹਿੰਦੇ, ਕੁਝ ਕਿਵੇਂ ਕਿੱਥੇ ਕਿਵੇਂ, ਇਹਦੇ ਚਾਰ ਜਾਂ ਤ੍ਰੈ ਮਿਸਰੇ ਸੁਣ ਲਓ, ਮੇਰਾ ਜਸ਼ਨ ਹੋ ਜਾਏਗਾ। ਇਸ ਦਫ਼ਾ ਮੈਂ ਪੜ੍ਹੀਏ ਸੈਯਦ ਆਦੀ ਝੋਲੀ, ਮੁਕਾਬਲੇ ਦੋ ਮੈਡਲ ਲੈਣ, ਤੀਸਰਾ ਸਤਾਰਾ ਰਮਜ਼ਾਨ ਚਕਸ਼ੀਆਂ ਐਵਾਰਡ ਤਕਸੀਮ ਹੋਸੀ, ਤੁਸੀਂ ਲਾਈਵ ਡੇਗਿਨ ਹੈ, ਬੀਬੀ ਪਾਕ ਦੀ ਪਾਕ ਝੋਲੀ ਪੜਦਾ। ਮੈਂ ਪਹਿਲੇ ਕਸੀਦਾ ਪੜ੍ਹਿਆ ਈ ਇਜ਼ਤਾਂ ਪੀਂਘੇ ਦੀਆਂ, ਵੱਲ ਮੈਂ ਕਸੀਦਾ ਪੜ੍ਹਿਆ ਈ ਇਮਾਮ ਹੁਸੈਨ ਦੀ ਲੋਰੀ, ਹੁਣ ਪੜਦਾ ਬੀਬੀ ਪਾਕ ਦੀ ਝੋਲੀ। ਅਗਰ ਤੁਸੀਂ ਸ਼ੌਕ ਨਾਲ ਤਵੱਜੋ ਨਾਲ ਦੂਤਰੇ ਮਿਸਰੇ ਚ ਸੁਣੋ, ਮੇਰਾ ਜਸ਼ਨ ਵੀ ਹੋ ਜਾਏਗਾ, ਬਾਨੀਆਂ ਦਾ ਇਹਤਮਾਮ ਵੀ ਮੁਕੰਮਲ ਹੋ ਜਾਏਗਾ। ਅੱਲਾ ਅੱਲਾ ਝੋਲੀ ਜ਼ਹਰਾ ਦੇ, 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 ਅੱਲਾ ਅੱਲਾ ਝੋਲੀ ਜ਼ਹਰਾ ਦੇ। ਮੈਂ ਸਾਰੀ ਰਾਤ ਮਿੰਬਰ ਤੇ ਬੈਠਾ 12 ਵਜੇ ਤੋਂ ਗਿਣ ਕੇ ਹੁਣ ਤੱਕ ਮੈਂ ਡੇਦਾ ਰਹੀ ਹਾਂ, ਤੁਸੀਂ ਕੋਈ ਐਸੀ ਅੱਛੀ ਜਗ੍ਹਾ ਅੱਛਾ ਲਫ਼ਜ਼ ਤੁਸੀਂ ਜ਼ਾਇਆ ਨਹੀਂ ਕੀਤਾ। ਅੱਲਾ ਮੀਆਂ ਤਕਵਾ ਬਾਤ ਤੇ ਸ਼ਾਦ ਰੱਖੇ, ਭਾਵੇਂ ਜਿਸ ਵੀ ਸ਼ੌਕ ਚ ਆਵੇ ਕੋਈ ਲਫ਼ਜ਼ ਜ਼ਾਇਆ ਨਹੀਂ ਹੋਇਆ। ਮੈਂ ਵਸੀਮ ਅਬਾਸ ਦੀ ਨੌਕਰੀ ਵੀ ਮੇਰਾ ਅੱਲਾ ਜ਼ਾਇਆ ਨਾ ਕਰੇ ਸੀ। ਅੱਲਾ ਅੱਲਾ ਝੋਲੀ ਜ਼ਹਰਾ ਦੇ, ਅੱਲਾ ਅੱਲਾ ਝੋਲੀ ਜ਼ਹਰਾ ਦੇ, ਝੋਲੀ ਦੇ ਵਿੱਚ ਇਬਨ ਕਰਾਰ ਹੈ, ਅੱਲਾ ਅੱਲਾ ਝੋਲੀ ਜ਼ਹਰਾ ਦੇ, ਅੱਲਾ ਅੱਲਾ ਝੋਲੀ ਜ਼ਹਰਾ ਦੇ, ਝੋਲੀ ਦੇ ਵਿੱਚ ਇਬਨ ਕਰਾਰ ਹੈ। ਪਾਕ ਬੀਬੀ ਦੀ ਪਾਕ ਝੋਲੀ ਪਵਾਣੇ ਵਾਲੇ ਆਓ, ਪਹਿਲਾ ਸ਼ੇਰ ਪਿਆ ਪੜਦਾ, ਈ ਝੋਲੀ ਦੀ ਖਾਤਰ ਅੱਲਾ ਨੇ ਕਾਇਨਾਤ ਬਣਾਏ, ਈ ਝੋਲੀ ਦੇ ਨਿਸਬਤ ਅੱਲਾ ਨੇ ਸਾਦਾਤ ਬਣਾਏ, ਈ ਝੋਲੀ ਦੇ ਖਾਤਰ ਅੱਲਾ ਨੇ ਕਾਇਨਾਤ ਬਣਾਏ, ਈ ਝੋਲੀ ਦੇ ਨਿਸਬਤ ਅੱਲਾ ਨੇ ਸਾਦਾਤ ਬਣਾਏ, ਈ ਝੋਲੀ ਦਾ ਸਦਕਾ ਦੁਨੀਆ ਕਾਇਮ ਰਹਿੰਦੇ ਪਈਏ, ਝੋਲੀ ਦਾ ਸਦਕਾ ਦੁਨੀਆ ਲੰਗਰ ਖਾਂਦੀ ਪਈ ਏ। ਸਰ ਜੀ ਮੈਂ ਅੱਜ ਦੇ ਮਜਮੇ ਤੂੰ ਸਿਰਫ 5 ਜਾਂ 7 ਮਿੰਟ ਮੰਗੇ, ਮੈਂ ਜ਼ਿਆਦਾ ਟਾਈਮ ਨਹੀਂ ਮੰਗਦਾ, ਤੁਸੀਂ 4 ਸ਼ੇਰ ਸੁਣੋ, ਮੇਰੀ ਸੈਣ ਤੁਹਾਡੇ ਤੇ ਹੀ ਰਾਜ਼ੀ, ਮੇਰੇ ਤੇ ਹੀ ਰਾਜ਼ੀ। ਮੈਂ 3 ਸ਼ਬਾਂ ਦੇ ਹਵਾਲੇ ਨਾਲ ਬੀਬੀ ਦੀ ਝੋਲੀ ਪਿਆ ਪੜਦਾ, ਈ ਝੋਲੀ ਦਾ ਸਦਕਾ ਦੁਨੀਆ ਕਾਇਮ ਰਹਿੰਦੇ ਪਈਏ, ਈ ਝੋਲੀ ਦਾ ਸਦਕਾ ਦੁਨੀਆ ਲੰਗਰ ਖਾਂਦੇ ਪਈਏ। ਹਰ ਉਹ ਬੰਦਾ ਜੰਨਤ ਦਾ ਹੱਕਦਾਰ ਏ, ਹਰ ਉਹ ਬੰਦਾ ਜੰਨਤ ਦਾ ਹੱਕਦਾਰ ਏ, ਜਿਹੜਾ ਈ ਝੋਲੀ ਦਾ ਹੁਬਦਾਰ ਏ। ਪੰਜ ਮਿੰਟ ਦਿਓ ਲਗੇ ਵਜਾਏ ਦੂਜਾ ਸ਼ੇਰ ਪਿਆ ਪੜਦਾ, ਇਹਦਾ ਵੱਡਾ ਸ਼ੇਰ ਈ ਸੁਬਾ ਦੇ ਟਾਈਮ ਅੱਲਾ ਦੇ ਫਰਿਸ਼ਤੇ ਇਦਾਦ ਨੇ ਵੇਲ ਝੋਲੀ ਏ ਮਖਦੂਮਾ ਦੀ ਏ ਝੋਲੀ ਅਰਸ਼ ਮੁਹੱਲਾ ਅੱਜ ਸ਼ਬੀਰ ਦੇ ਕੀਤੇ ਝੋਲੀ ਬਣ ਗਈ ਪਾਕ ਮੁਸੱਲਾ, ਝੋਲੀ ਏ ਮਖਦੂਮਾ ਦੀ ਝੋਲੀ ਅਰਸ਼ ਮੁਹੱਲਾ ਇਮਾਮ ਹੁਸੈਨ ਦੀ ਅੰਮਾ ਦੀ ਝੋਲੀ ਤੇ ਝੋਲੀ ਬਣ ਗਈ ਪਾਕ ਮੁਸੱਲਾ, ਈ ਝੋਲੀ ਵਿੱਚ ਪਾਕ ਨਮਾਜ਼ੇ ਅੱਲਾ ਕੋ ਮਨਵਾਇਆ, ਐਸਾ ਸਜਦਾ ਕੀਤਾ ਅੱਲਾ ਫਰਸ਼ ਤੇ ਵੇ ਖੜਾਇਆ। ਮੈਂ ਰਾਜ਼ੀ ਹਾਂ
मेरे पास लिखा है नतीजा देवा मलबिया पढ़ना ई झोली विच पा के नमाजे अल्लाह को मनवाया ऐसा सजदा कीता अल्लाह फर्ज ते वेखण आया झोली दे विच अल्लाह दा नूर है झोली दे विच अल्लाह दा नूर है नूरुल्ला दे सारे महकार है شیر مکمل ایک واقعہ میرے پاس دیکھ سی صوفی صاحب اج مولویہ دے دین میرا بولو یار دین دے اللہ دی قسم اے کو پتہ ہی نہیں دین کنے دا اے دین بنیا کیویں دین مکمل کیویں ہویا اے میں اج اس ویلے ایڈی نیک رات سر تے قرآن رکھ کے چیلنج کر کے پیا دا اے جھولی نہ ہوندی تیرا کلمہ حام نہ ہوندا اے جھولی نہ ہوندی تیرا کوئی سلام نہ ہوندا تھوڑا تھوڑی وجہ تو میں کھڑا تھوڑی وجہ تو سر جی مصرا ماٹھا ہوئے مت بلائے میں پیا پڑدا اے جھولی نہ ہوندی تیرا کلمہ حام نہ ہوندا اے جھولی نہ ہوندی تیرا کوئی سلام نہ ہوندا اے جھولی نہ ہوندی تے کو مندر وجنا پوندا اے جھولی نہ ہوندی تے کو والد لبنا پوندا اللہ بھی ممنون ہے جھولی دے ایسا شاہکار ہے نعرہ حیدری اتھائی اتھائی لالے کو بلا میں میرے پاس لے کے کٹھے چلنے آئے ایک منٹ ایک منٹ مامے مامے یار میں کو تانگ نہ کر بے من میں کو کھچل نہ کر میں جو پڑھدا پیا میں کو پڑھن لے میرے پاس لکھا ہے میں پیا پڑھدا این جھولی نے پھٹکیا لوگا کو انسان بڑھایا این جھولی نے پھٹکیا لوگا کو انسان بڑھایا این جھولی نے پھٹکیا لوگا کو انسان بڑھایا این جھولی نے پھپھی والا رشتہ پاک کرایا سر جی سر جی این توی وڈی ستر سنواں جشن ہو جائے گا تبلیغ بھی نال خوشی بھی نال پل پیا پڑدا این جھولی نے پھٹکے لوگا کوئی انسان بنایا این جھولی نے پپے والا رشتہ پاک کرایا اے جھولی نہ ہوندی کوئی بھی فرض ادا نہ ہوندا اے جھولی نہ ہوندی کوئی بھی بھیڑ بھیڑا دی عظمت کو سلام اچھا یار بیت صحیح تو مجلس کرا لو اے جھولی ہے اے بادل دی موت اے جھولی ہے اے بادل دی موت اے جھولی جاگ لیو اے ہن اذان سنی وے بولو بولو سنی وے سنی شیعہ وہابی دیوبندی اہل حدیث کسی مکتبہ فکر دا بندہ میں وسیم عباس آج دی رات چیلنج کر کے پیا دا این جھولی دے صدقے این دی شان سنے دے رازے این جھولی دے صدقے ہن آزان سنے دے رازے سر جی بولو بولو تا صحیح اللہ دی قسم اے این جھولی دے صدقے این دے جان سنے دے رازے این جھولی دے صدقے ہن آزان سنے دے رازے این جھولی کو پردے دار صداواں یاد رکھے
سر ای جولی دیاں بھیڑی ماما یاد رکھے سر راضیاں سر میں راضیاں ایڈی تھکاوٹ تو بعد اٹھی کے ایک بلاویں پلیز فار گاڈ سیک پلیز سن کے بجائے میں پیا پڑھتا گھر گھر اللہ اللہ جے کروا ہے گھر گھر اللہ اللہ جے کروا ہے جولی دے وہ سرکار ہے نعرہ حیدری اتنی کھڑو کے تسا طریقہ کھڑو کے تسا سارے کھڑ کے پوچھو وسیم عباس تو چھی شیر سیدہ دی جھولی دے پڑھن تیرا مقصد کیا ہے بھوانے آلے ہو میرا ایو مقصد آئی جڑا آخر تیرا سینہ پیا تین شابان علی دے گھر ایمان دی آمد تیئے سین میں دی جھولی وچ قرآن دی آمد تیئے تین شابان علی دے گھر ایمان دی آمد تیئے سین میں دی جھولی وچ قرآن دی آمد تیئے بسم اللہ دی تسبیح کر کے سین مسلح پایا پنج دن باگ مکمل تھی جان زہرا دا آیا بسم اللہ دی تسبیح کر کے سین مسلح پایا پنج دن باگ مکمل تھی جان زہرا دا آیا بلا مومن بلا بہن پڑھدا تین شابان علی دے گھر ایمان دی آمد تھئیے سین مڈے دے جھولی وچ قرآن دی آمد تھئیے بسم اللہ دی تسبیح کر کے سین مسلح پایا پنج دن پاک مکمل تھی گئے چن زہرا دا آیا عرشہ والے در بی بی تے آ گئے عرشہ والے در بی بی تے آ گئے آکھڑے اسا کرنا دیدار ہے اچھا ادھے کھڑ کے بہ کے اے بھائی آدن میں ٹپن ہی نہیں دینا پڑھتا پیا ایک قصیدہ ہے اور بھائی آدھے میں ٹپن نہیں دینا قائم زمانہ تھوڑا بابے تیرے نام دی نام دی نام دی میں کراں تسبیح تیرے نام دی نام دی نام دی میں
ਕਰਾਂ ਰੋਜ਼ ਤਸਬੀ ਤੇਰੇ ਬਾਜਵੀ 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 ਦਾ ਸਾਡੀ ਨਹੀਂ ਨਿਭਦੀ ਤੂੰ ਆਖਰੇ ਆਖਰੇ ਆਸ ਮੇਰੇ ਮੇਰੇ ਮਾਲਕਾ ਸੁਣ ਲੈ ਮੇਰੇ ਕਮ ਜ਼ਮਾਨਾ ਹੱਕ ਤੂੰ ਹੈ ਸੱਚ ਤੂੰ ਹੈ ਹੱਜ ਤੂੰ ਹੈ ਕੱਜ ਤੂੰ ਹੈ ਸਭ ਦੀ ਦੁਆ ਤੇ ਰੱਬ ਦੀ ਅਦਾ ਮੈਂ ਰੱਬ ਕੋਲੋਂ ਮੰਗਾ ਇਹ ਤੇਰੀਆਂ ਜ਼ਿਆਰਤਾਂ ਹੱਕ ਤੂੰ ਹੈ ਸੱਚ ਤੂੰ ਹੈ ਹੱਜ ਤੂੰ ਹੈ ਕੱਜ ਤੂੰ ਹੈ ਸਭ ਦੀ ਦੁਆ ਤੇ ਰੱਬ ਦੀ ਅਦਾ ਮੈਂ ਰੱਬ ਕੋਲੋਂ ਮੰਗਾ ਇਹ ਤੇਰੀਆਂ ਜ਼ਿਆਰਤਾਂ ਕਲੰਦਰ ਹੱਕ ਕਲੰਦਰ 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 ਹੋ ਮੈਂ ਹਾਂ ਕਲੰਦਰ ਹੱਕ ਕਲੰਦਰ 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 ਆਸਮਾਨ ਦੇ ਪਾਸੇ ਵੇਖ ਕੇ ਸਕੀ ਝੂਲੇ ਲਾ